ਦਰਿਆ ਜਨਾਬ ਦੀਆਂ ਬੇਰਹਿਮ ਤੇ ਮੌਜ ਜਿਹੜੀਆਂ ਛੱਲਾਂ ਨੇ ਉਹਨਾਂ ਛੱਲਾਂ ਨੂੰ ਇਹ ਇੱਕ ਆਏ ਨੇ ਸ਼ਖਸ ਇਹਨਾਂ ਦਰਿਆ ਅਬੂਰ ਕੀਤਾ ਹੈ। ਤਕਰੀਬਨ ਇਹ 2 ਕਿਲੋਮੀਟਰਾਂ ਦਾ ਜਿਹੜਾ ਟੋਟਾ ਹੈ ਦਰਿਆ ਦਾ ਇਹਨਾਂ ਦਰਿਆ ਅਬੂਰ ਕਰਕੇ ਇਹ ਦੂਸਰੇ ਕਿਨਾਰੇ ਲੱਗੇ ਨੇ। ਇਹ ਦਰਿਆ ਵਿੱਚ ਤਰਨਾ ਜਾਂ ਦਰਿਆ ਅਬੂਰ ਕਰਨਾ ਵੀ ਇਹ ਇੱਕ ਫਨ ਹੈ, ਇਹ ਕੁਝ ਸਾਰਿਆਂ ਦਾ ਕੰਮ ਨਹੀਂ ਵੀ, ਨਾ ਇਹ ਕਿਸੇ ਦੇ ਵੱਸ ਦਾ ਕੰਮ ਹੈ ਵੀ ਦਰਿਆ ਕਿਵੇਂ ਅਬੂਰ ਕਰਨਾ ਹੈ। ਇਹ ਵੇਖੋ ਇਹਨਾਂ ਬੋਰੀ ਦੇ ਵਿੱਚ ਤਕਰੀਬਨ ਕਿੰਨਾ ਨੇ ਵਿੱਚ ਬਜ਼ੁਰਗੋ? ਫੋਮ ਹੈ, ਹਾਂ ਇਹ ਫੋਮ ਹੈ, ਫੋਮ ਦੇ ਜ਼ਰੀਏ ਇਹਨਾਂ ਤਕਰੀਬਨ ਇਹ ਕਿਤਨੇ ਕਿਲੋਮੀਟਰ ਬਣਦਾ ਹੈ ਜਿਹੜਾ ਤੁਸੀਂ ਕ੍ਰਾਸ ਕੀਤਾ ਹੈ? 3 ਕਿਲੋਮੀਟਰ ਤੁਸੀਂ ਪਾਣੀ ਦੇ ਵਿੱਚ ਆਏ ਹੋ ਅਤੇ ਇੱਧਰੋਂ ਫਿਰ ਤੁਸੀਂ ਜਾਂਦੇ ਕਿਸ ਤਰ੍ਹਾਂ ਹੋ? ਨਹੀਂ ਇੱਧਰੋਂ ਚਲੋ ਆਉਣ ਤਾਂ ਉਦੋਂ ਸੌਖਾ ਹੈ, ਲੇਕਿਨ ਉਦੋਂ ਜਾਣ ਵਾਸਤੇ ਪਾਣੀ ਦਾ ਕਿਉਂ ਆਂਜਦਾ, ਕਿਵੇਂ ਫਿਰ ਜਾਂਦੇ ਹੋ? ਹਾਂਜੀ ਪਾਣੀ ਇੱਥੇ ਆਉਣ ਲੱਗੀਦਾ, ਸਿੱਧਾ ਆਂਜ ਟੁਰ ਜਾਂਦੇ ਹੋ ਅਤੇ ਉਹਦੇ ਤੁਹਾਡਾ ਮਾਲ ਮਵੇਸ਼ੀ ਹੈ? ਹਾਂਜੀ ਮਵੇਸ਼ੀ ਨੇ, ਮਵੇਸ਼ੀ ਨੇ ਜੀ, ਇਹ ਨਹਾਉਂਦੇ ਉਹਦੇ ਮਾਲ ਮਵੇਸ਼ੀ ਹੈ ਜਿਹਨਾਂ ਵਾਸਤੇ ਸੁਬਹਾ ਜਾਂਦੇ ਨੇ ਸ਼ਾਮ ਨੂੰ, ਫਿਰ ਇਸੇ ਤਰ੍ਹਾਂ ਦਰਿਆ ਅਬੂਰ ਕਰਕੇ ਇਹ ਆ ਫੋਮ ਹੈ ਇਹਨਾਂ ਦਾ ਕੋਈ ਆਪਣਾ, ਜਿਸ ਨੂੰ ਅਸੀਂ ਆਪਣੀ ਮਿਸਾਲ ਹੈ ਚਾਹੁੰਦੇ ਹਾਂ ਵੀ ਜੱਟ ਜੱਫਾ ਇਹਨਾਂ ਲਾਇਆ ਹੈ, ਇਹਨਾਂ ਇਹ ਜੱਟ ਜੱਫਾ ਲਾਇਆ ਹੈ, ਇਹਦੇ ਉੱਤੇ ਤਰ ਕੇ ਇਹ ਆਉਂਦੇ ਨੇ, ਇਹ ਦਰਿਆ ਅਬੂਰ ਇਸੇ ਤਰ੍ਹਾਂ ਕਰਦੇ ਨੇ। ਤਕਰੀਬਨ ਇਹ 3 ਕਿਲੋਮੀਟਰ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਇਹ ਆਉਂਦੇ ਨੇ, ਤੁਸੀਂ ਵੇਖ ਸਕਦੇ ਹੋ ਇਸ ਟਾਈਮ ਪਾਣੀ ਦਾ ਜਿਹੜਾ ਬਹਾਓ ਹੈ ਉਹ ਹੈ ਦਰਿਆ ਚਨਾਬ ਮਮੂਨਪੁਰ ਦੇ ਵਿੱਚ ਤਕਰੀਬਨ 98,000 ਕਿਊਸਕ ਦਾ ਜਿਹੜਾ ਬਹਾਓ ਹੈ ਉਹ ਚੱਲਦਾ ਪਿਆ ਅਤੇ ਪਾਣੀ ਵੀ ਕਾਫੀ ਤੇਜ਼ ਹੈ, ਅਤੇ ਲੇਕਿਨ ਜਿਹੜਾ ਸਾਡੇ ਵਰਗੇ ਦਾ ਇਹ ਵੱਸ ਦਾ ਕੰਮ ਨਹੀਂ ਇਹਦਾ ਅਬੂਰ ਕਰਨਾ, ਅਤੇ ਇਹ ਤੁਸੀਂ ਵੇਖਦੇ ਪਏ ਹੋ ਅਤੇ ਦਰਿਆ ਚਨਾਬ ਦਾ ਜਿਹੜਾ ਜ਼ਮੀਨੀ ਕਟਾਓ ਹੈ ਉਹ ਵੀ ਉਸ ਬੜਾ ਆਪਣਾ ਜਿਹੜਾ ਅਮਲ ਉਹ ਜਾਰੀ ਕੀਤਾ ਆ, ਜ਼ਮੀਨ ਵੀ ਇਸ ਕਾਫੀ ਇਸ ਹੁਣ ਫਿਰ ਕਟਾਈ ਕੀਤੀ ਹੈ। ਇਹ ਤੋੜ ਤੱਕ ਇਹ ਜਿਹੜੀਆਂ ਮੰਨੀਆਂ ਨੇ ਇਹ ਹੁਣ ਫਿਰ ਇਹ ਜ਼ਮੀਨ ਦੀਆਂ ਗਰਾਈਆਂ ਤਕਰੀਬਨ ਇਹਨਾਂ 2 ਮਹੀਨਿਆਂ ਦੇ ਅੰਦਰ 50 ਏਕੜ ਜਿਹੜਾ ਜ਼ਮੀਨੀ ਰਕਬਾ ਹੈ ਉਹ ਦਰਿਆ ਬੁਰਦ ਹੋ ਗਏ। ਇਹ ਹੁਣ ਹੀ ਹਾਲੀਆ ਹੀ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਆਇਆ ਤਕਰੀਬਨ 2 ਲੱਖ ਕਿਊਸਕ ਦਾ ਰੇਲਾ, ਉਸ ਕਿਊਸਕ ਰੇਲੇ ਦੇ ਵਿੱਚ ਇਹ ਦਰਿਆ ਬੁਰਦ ਹੋਈ, ਜਿਵੇਂ ਪਾਣੀ ਕੰਮ ਹੋਏ ਉਸ ਕੰਮ ਸਥਾ ਦੇ ਵਿੱਚ ਇਹਦੀ ਜਿਹੜੀ ਸਥਾ ਦੇ ਵਿੱਚ ਕਮੀ ਹੋਈ ਹੈ ਉਵੇਂ ਇਹ ਜ਼ਮੀਨੀ ਕਟਾਓ ਵੀ ਇਸ ਆਪਣਾ ਕੀਤਾ। ਵੇਖ ਸਕਦੇ ਹੋ ਪਹਿਲੇ ਰਸਤਾ ਆਇਆ, ਇਹ ਰਸਤਾ ਵੀ ਖਾਰ ਕੇ ਇਸ ਦਰਿਆ ਨੇ ਆਪਣੀ ਲਪੇਟ 'ਚ ਲੈ ਲਏ। ਇੱਥੋਂ ਤਕਰੀਬਨ ਮਹਿਮੂਦਪੁਰ ਦਾ ਇਹਨਾਂ 2 ਮਹੀਨਿਆਂ ਦੇ ਵਿੱਚ 50 ਏਕੜ ਜ਼ਰੀ ਰਕਬਾ ਜਿਹੜਾ ਹੈ ਉਹ ਦਰਿਆ ਬੁਰਦ ਹੋ ਗਏ, ਲੇਕਿਨ ਸਾਡੇ ਜਿਹੜੇ MNA ਅਤੇ MPA ਸਾਹਿਬ ਨੇ ਅਤੇ ਉਹ ਬਸ ਖਾਬੇ ਖਰਗੋਸ਼ ਔਰ ਜ਼ਿਲ੍ਹੀ ਇੰਤਜ਼ਾਮੀਆਂ ਵੀ ਖਾਬੇ ਖਰਗੋਸ਼ ਦੇ ਮਜ਼ੇ ਲੈ ਰਹੀ ਹੈ, ਬਸ ਇਹ ਸੋਚਦੇ ਨੇ ਸਲਾਬ ਆਵੇ, ਦੁਆਵਾਂ ਕਰਦੇ ਪਰ ਵੀ ਸਲਾਬ ਆਵੇ ਅਤੇ ਸਾਨੂੰ ਮਾਲ ਲੱਭੇ, ਕੋਈ ਮਾਲ ਮੰਤਰ ਸੰਨ ਵੀ ਪਵੇ ਅਤੇ ਇਹਨਾਂ ਨੂੰ ਅਸਾਂ ਬੰਨ ਬਣਾ ਕੇ ਜਾਂ ਨਾਕੂ ਬਣਾ ਕੇ ਨਹੀਂ ਦੇਣੇ, ਇਹ ਹੀ ਆਉਂਦਾ ਵੀ ਸਾਨੂੰ ਮਾਲ ਲੱਭੇ ਕਿਸੇ ਤਰੀਕੇ।